ਹਾਦਸੇ ਦੀਆਂ ਤਸਵੀਰਾਂ ਕਲਾਨੌਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਕੰਮ ਦੇ ਉੱਤੇ ਜਾ ਰਹੀਆਂ ਔਰਤਾਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਈਆਂ। ਦਰਅਸਲ ਜਿਸ ਆਟੋ ਦੇ ਵਿੱਚੋਂ ਬੈਠੀਆਂ ਹੋਈਆਂ ਸਨ ਉਹ ਪਲਟ ਗਿਆ ਜਿਸ ਦੇ ਵਿੱਚ ਕਰੀਬ 20 ਯਾਤਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ। ਪਹਿਲਾਂ ਉਹਨਾਂ ਨੂੰ ਕਲਾਨੌਰ ਲਿਜਾਇਆ ਗਿਆ, ਉੱਥੇ ਉਹਨਾਂ ਨੂੰ ਫਸਟ ਏਡ ਦੇ ਕੇ ਫਿਰ ਗੁਰਦਾਸਪੁਰ ਰੈਫਰ ਕਰ ਦਿੱਤਾ। ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਕਾਫੀ ਲੋਕਾਂ ਨੂੰ ਗੰਭੀਰ ਸੱਟਾਂ ਆਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬਜ਼ੁਰਗ ਦੀ ਹਾਲਤ ਬੇਹੱਦ ਗੰਭੀਰ ਵੀ ਦੱਸੀ ਜਾ ਰਹੀ ਹੈ। ਫਿਲਹਾਲ ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਗੁਰਦਾਸਪੁਰ ਤੋਂ ਅੱਜ ਦੀ ਆਵਾਜ਼ ਦੇ ਲਈ ਇੰਦਰ ਮੋਹਨ ਸੋਢੀ ਦੀ ਰਿਪੋਰਟ। ਇਹ ਜਿਹੜਾ ਕੋਈ ਹਾਦਸਾ ਕਲਾਨੌਰ ਵਿਖੇ ਹੋਇਆ, ਕਲਾਨੌਰ ਤੋਂ ਜਿਹੜਾ ਸਾਡਾ ਹੋਸਪਿਟਲ ਹੈ ਉੱਥੋਂ ਦੀ ਇਹ ਸਾਰੇ ਫਸਟ ਏਡ ਲੈ ਕੇ ਆਏ ਹੈ ਅਤੇ ਜਿਹਨਾਂ ਸਾਡੇ ਕੋਲ 12 ਪੇਸ਼ੈਂਟ ਆਏ ਹੈ ਐਂਬੂਲੈਂਸ 'ਤੇ ਹੀ ਆਏ ਹੈ ਔਰ ਅਸੀਂ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਦੁਬਾਰਾ ਤੋਂ ਸ਼ੁਰੂ ਕਰਤਾ। ਐਕਸਰੇ ਵਗੈਰਾ ਔਰ ਸਾਡੇ ਔਰਥੋ ਵਾਲੇ ਡਾਕਟਰ ਮੈਡੀਕਲ ਸਪੈਸ਼ਲਿਸਟ ਸਭ ਦੇਖ ਰਹੇ ਹੈਗੇ। ਕੋਈ ਆਟੋ ਸੀ ਜਿਹੜਾ ਉੱਥੇ ਪਲਟ ਗਿਆ ਹੈਗਾ। 12 ਜ਼ਖਮੀ ਹੈ ਜਾਂ ਫਿਰ ਕੋਈ ਨਹੀਂ, ਸਾਰੇ ਜ਼ਖਮੀ ਹੈ। ਇੱਕ ਸਾਡਾ ਬਜ਼ੁਰਗ ਹੈ ਪੇਸ਼ੈਂਟ ਜਿਹੜਾ ਉਹ ਥੋੜ੍ਹਾ ਸੀਰੀਅਸ ਹੈ, ਉਹਨੂੰ ਹੈਡ ਇੰਜਰੀ ਹੋਈ ਹੈ। ਸਾਰਿਆਂ ਨੂੰ ਆਪਾਂ ਐਕਸਰੇ ਕਰਵਾਵਾਂਗੇ, ਟ੍ਰੀਟਮੈਂਟ ਦਿੱਤੀ ਹੈ ਔਰ ਔਰਥੋ ਵਾਲੇ ਦੇਖਣਗੇ ਜਿਨ੍ਹਾਂ ਦਾ ਵੀ ਕੋਈ ਫ੍ਰੈਕਚਰ ਨਿਕਲੇਗਾ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਉਹਨਾਂ ਦੇ ਹਿਸਾਬ ਨਾਲ ਦੇਵਾਂਗੇ। ਮੇਰਾ ਨਾਮ ਪੂਨਮ ਹੈ। ਕਿੱਥੋਂ ਰਹਿਣ? ਖੁਸ਼ਬਰ ਦੇ। ਕਿੱਥੇ ਜਾ ਰਹੇ? ਅਸੀਂ ਭਾਗੋਵਾਲ ਜਾਣ ਡੇ ਮਟਰ ਤੋੜਨ। ਕਾਹਦੇ ਉੱਪਰ? ਆਟੋ 'ਤੇ, ਛੋਟਾ ਹਾਥੀ। ਕਿਵੇਂ ਪਲਟਿਆ, ਕੀ ਗੱਲਬਾਤ ਹੋਈ? ਸਾਡੀ ਛੋਟਾ ਹਾਥੀ ਜਾ ਰਿਹਾ ਸੀ ਅਤੇ ਅੱਗੋਂ ਇੱਕ ਗੱਡੀ ਆਉਣ ਡੀ ਪਰ ਉਹਦੇ ਨਾਲ ਟੱਕਰ ਨਹੀਂ ਲੱਗੀ। ਅਤੇ ਟੋਟਲ ਟੋਟਲ ਕਿੰਨੇ ਸਵਾਰੀਆਂ ਇਹਦੇ ਵਿੱਚ? ਕੋਈ 30-35। ਛੋਟੇ ਹਾਥੀ? ਹਾਂਜੀ। ਅਤੇ ਕੀ ਕੰਮ ਕੀ ਕਰਦੇ ਹੋ? ਲੇਬਰ ਦਾ, ਸਬਜ਼ੀ ਤੋੜਨ ਜਾਣ ਡੇ ਸੀ। ਸਾਰੀ ਸਾਰੀ ਲੇਬਰ ਬੈਠੀ ਹੋਈ ਵਿੱਚ? ਹਾਂਜੀ, ਲੇਬਰ ਹੀ। ਫਿਰ ਜੇ ਗੱਡੀ ਕਿਵੇਂ ਪਲਟਿਆ, ਕਿਵੇਂ ਦੀ ਦੱਸਿਆ ਗੱਡੀ ਆ ਰਹੀ ਹੈ, ਕਿਵੇਂ ਪਲਟਿਆ? ਗੱਡੀ ਆਉਣ ਡੀ ਗਾੜੀਓਂ ਪਰ ਨਾਲ ਟੱਕਰ ਨਹੀਂ ਲੱਗੀ, ਪਿੱਛੇ ਹੀ ਅਜੇ ਸਾਡੀ ਗੱਡੀ ਅਤੇ ਉਹ ਮੋੜ ਕੱਟਣ ਲੱਗੇ ਭਾਅ ਜੀ। ਅਤੇ ਗੱਡੀ ਪਹਿਲਾਂ ਸੱਜੇ ਸਾਈਡ ਖੱਬੇ ਸਾਈਡ ਪਲਟਣ ਲੱਗੀ, ਉਹਨੇ ਖੱਬੇ ਸਾਈਡੋਂ ਬਚਾਈ ਅਤੇ ਫਿਰ ਸੱਜੇ ਸਾਈਡ ਪਲਟ ਗਈ ਗੱਡੀ, ਸਾਰੇ ਜੀ ਥੱਲੇ ਆ ਗਏ। ਕਿੰਨੇ ਕੁ ਲੋਕ ਜ਼ਖਮੀ ਹੋਏ? ਜ਼ਖਮੀ ਲਗਭਗ ਤਾਂ ਸਾਰੇ ਹੀ ਆ। ਕੋਈ ਜਾਨੀ ਨੁਕਸਾਨ ਹੋਇਆ? ਨਹੀਂ, ਜਾਨੀ ਨੁਕਸਾਨ ਨਹੀਂ। ਗੰਭੀਰ ਸੱਟਾਂ ਲੱਗੀਆਂ ਹੋਈਆਂ? ਹਾਂਜੀ, ਬਹੁਤ ਜ਼ਿਆਦਾ। ਫਿਰ ਸਿਵਲ ਹਸਪਤਾਲ ਕਿਵੇਂ ਪਹੁੰਚਾਇਆ ਗਿਆ ਤੁਹਾਨੂੰ? ਸਾਨੂੰ ਪਹਿਲਾਂ ਕਲਾਨੌਰ ਲੈ ਕੇ ਆਏ ਗੱਡੀਆਂ ਦੇ ਪਾ ਪਾ ਕੇ, ਬਾਅਦ 'ਚ ਉੱਥੋਂ ਸਾਨੂੰ ਪੱਟੀਆਂ ਵਗੈਰਾ ਟੀਕੇ ਵਗੈਰਾ ਲੱਗੇ ਉੱਥੋਂ ਸਾਰਿਆਂ ਨੂੰ, ਬਾਅਦ 'ਚ ਉਹਨਾਂ ਇੱਥੇ ਗੁਰਦਾਸਪੁਰ ਭੇਜ ਦਿੱਤਾ ਸਾਨੂੰ। ਕੀ ਨਾਮ? ਮੇਰਾ ਨਾਮ ਆਸ਼ਾ। ਕਿੱਥੋਂ ਰਹਿਣ ਵਾਲੇ? ਪਿੰਡ ਖੁਸ਼ੀਪੁਰ ਤੋਂ। ਜਿਹੜਾ ਐਕਸੀਡੈਂਟ ਹੋਇਆ, ਕੀ ਹੋਇਆ ਸੀ? ਇਹ ਘਰੋਂ ਮਟਰ ਤੋੜਨ ਗਈਆਂ ਸੀ ਛੋਟੇ ਹਾਥੀ 'ਤੇ, ਸਾਰਾ ਪਿੰਡ ਹੀ ਅੱਡਾ ਜਾਂਦੀਆਂ ਨੇ, ਵਾਹਵਾ ਇਕੱਠੀਆਂ ਹੋ ਕੇ ਗਈਆਂ ਅਤੇ ਰਸਤੇ 'ਚ ਜਾਂਦਿਆਂ ਹੀ ਛੋਟਾ ਹਾਥੀ ਪਲਟ ਗਿਆ। ਕਿੰਨੇ ਜਣੇ? ਇਹ ਹੈ ਸੀ ਵਾਹਵਾ 12-13 ਜਣੇ ਨੇ। ਕਿੱਥੋਂ ਕਿੱਥੇ ਜਾ ਰਹੇ? ਇਹ ਖਾਨੋਵਾਲ ਬੋੜੀ ਜਾਂਦੇ ਮਟਰ ਤੋਂ। ਕਿੱਥੇ ਰਹਿੰਦੇ? ਕਿੱਥੇ ਸਾਰੇ? ਪਿੰਡ ਖੁਸ਼ੀਪੁਰ 'ਚ ਰਹਿੰਦੇ ਆ। ਕਿੰਨੀਆਂ ਸੱਟਾਂ ਲੱਗੀਆਂ? ਸੱਟਾਂ ਬੜੀਆਂ ਲੱਗ ਗਈਆਂ ਨੇ ਸਾਰਿਆਂ। ਹਾਂਜੀ, ਵਾਹਵਾ ਜਣੇ ਨੇ, 12-13 ਜਣੇ ਇੱਧਰ ਜੇ ਰੈਫਰ ਕੀਤੇ ਕਲਾਨੌਰ ਤੋਂ ਇੱਥੇ ਆ ਗਏ। ਹਾਦਸਾ ਹੋਇਆ ਕਿਵੇਂ, ਕਿਸ ਚੀਜ਼ ਨਾਲ ਟਕਰਾਏ? ਨਹੀਂ, ਇਹ ਨਹੀਂ ਜੇ ਪਤਾ ਵੀ ਇਹਨਾਂ ਨੂੰ ਪਤਾ ਹੁਣ ਜਿਹੜੇ ਹੈਗੇ ਸੀ, ਅਸੀਂ ਤਾਂ ਘਰਾਂ 'ਚ ਫੋਨ ਆਏ ਤਾਂ ਸਾਰੇ ਦੌੜ ਗਏ ਪਤਾ ਲੈਣ ਆ ਗਏ। ਸਿਵਲ ਹਸਪਤਾਲ ਦਾ ਚੱਲ ਰਿਹਾ? ਹਾਂਜੀ। ਪਾਪਾ ਜੀ ਕੀ ਨਾਂ ਤੁਹਾਡਾ? ਸਿੰਧਾ ਜੀ। ਕਿੱਥੋਂ ਰਹਿਣ ਵਾਲੇ? ਖੁਸ਼ੀਪੁਰ ਦੇ। ਜਿਹੜਾ ਆਟੋ ਪਲਟਿਆ, ਕੀ ਗੱਲਬਾਤ ਹੋਈ? ਕਿੱਥੇ ਜਾ ਰਹੇ? ਉਹ ਕੱਟਣ ਲੱਗਾ ਤੇ ਉਲਟ ਕੇ ਡਿੱਪਿਆ ਬੜੀ ਸਵਾਰੀ। ਕਿੱਥੋਂ ਕਿੱਥੇ ਜਾ ਰਹੇ? ਭਾਗੋਵਾਲ ਜਾ ਰਹੇ ਹਾਂ ਖੁਸ਼ੀਪੁਰ ਮਟਰ ਤੋੜ। ਕਿੰਨੇ ਕੁ ਸਵਾਰੀਆਂ ਨੇ? ਸਵਾਰੀਆਂ ਤਾਂ ਹੋਣੀਆਂ 25-30 ਹੋਣੀਆਂ ਜੀ। ਸਾਰੀਆਂ ਜ਼ਖਮੀ ਹੋਈਆਂ? ਹਾਂਜੀ, ਕੋਈ ਵਜ੍ਹਾ ਹੁਣ ਤਾਂ ਬਾਕੀ ਸਾਰੇ। ਕੀ ਹਾਦਸਾ ਹੋਇਆ, ਕਿਵੇਂ ਆ? ਹਾਂਜੀ, ਕਿਵੇਂ ਹੋਇਆ ਸਾਰਾ ਹਾਦਸਾ? ਕੱਟਣ ਲੱਗਾ ਸੀ ਮੋੜ ਹੀ ਅਤੇ ਉਸੇ ਉਲਟ ਕੇ ਥਾਂ ਜਖਮੀ ਵੀ ਹੈਗਾ। ਇਹ ਤਾਂ 16-17 ਜਾਣੇ।